मेरा बेटा रहिंदा यूक्रेन। की नाम है उनका? अंबुज सोनी। ਤੁਹਾਡਾ ਬੇਟਾ ਉੱਥੇ ਕੀ ਕਰ ਰਿਹਾ, ਕਿਸ ਤਰ੍ਹਾਂ ਦੀ ਪੜ੍ਹਾਈ ਕਰ ਰਿਹਾ? ਮੇਰਾ ਬੇਟਾ MBBS ਕਰ ਰਿਹਾ ਜੀ। ਕਦੋਂ ਗਿਆ ਸੀ ਮੈਮ? 5th ਈਅਰ। ਹਾਂ 5th ਈਅਰ ਮੈਂ। 5th ਈਅਰ ਦੇ ਵਿੱਚ ਹੁਣ ਇਸ ਟਾਈਮ ਤੁਹਾਡਾ ਬੇਟਾ ਕਿਸ ਹਾਲਾਤ ਵਿੱਚ ਹੈ? ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਕਿ ਨਹੀਂ ਹੋਈ? ਗੱਲਬਾਤ ਤਾਂ ਹੋਈ ਹੈ ਪਰ ਹਾਲਾਤ ਤਾਂ ਉੱਥੋਂ ਦੇ ਬਹੁਤ ਬੁਰੇ ਆ। ਉਹ ਬੇਸਮੈਂਟ 'ਚ ਹੈਗੇ ਆ, ਬੈਠੇ ਹੋਏ ਆ ਬਸ, ਵਿਚਾਰੇ ਟਾਈਮ ਪਾਸ ਕਰ ਰਹੇ ਆ, ਬੈਠੇ ਪਰੇਸ਼ਾਨ ਬੈਠੇ ਹੋਏ ਆ। ਬਿਸਕੁਟ ਖਾ ਕੇ ਰਾਤੀ ਉਹਨਾਂ ਨੇ ਆਪਣੀ ਰਾਤ ਗੁਜ਼ਾਰੀ ਆ। ਨਾ ਕੰਬਲ ਸੀ, ਨਾ ਚਾਦਰ ਸੀ, ਕੁਛ ਵੀ ਨਹੀਂ ਸੀ। ਕੀ ਨਾਮ ਹੈ ਤੁਹਾਡੇ ਬੇਟੇ ਦਾ? ਅੰਬੁਜ ਸੋਨੀ। ਅੰਬੁਜ ਸੋਨੀ। ਔਰ ਇਸ ਟਾਈਮ ਉਹਨਾਂ ਦੇ ਕੋਲ ਖਾਣ ਪੀਣ ਵਾਸਤੇ ਜਾਂ ਕਰਨ ਪੈਸੇ ਵਗੈਰਾ ਹੈ ਨੇ ਤੁਹਾਡੇ ਬੇਟੇ ਕੋਲ ਕਿ ਨਹੀਂ ਹੈ? ਨਹੀਂ, ਪੈਸੇ ਨਹੀਂ ਹੈ। ਕਿਸ ਤਰ੍ਹਾਂ ਉਹ ਫਿਰ ਇਸ ਟਾਈਮ ਆਪਣਾ ਹਾਈਕ? ਦੇਖੋ ਸਾਰੇ ਫਰੈਂਡਸ ਇਕੱਠੇ ਹੋ ਕੇ ਇੱਕ ਬੇਸਮੈਂਟ ਦੇ ਨੀਚੇ ਗਏ ਹੋਏ, ਉਹਨਾਂ ਨੂੰ ਉਹੀ ਸੇਫ ਲੱਗ ਰਹੀ ਆ। ਉਹ ਆਪਣੇ ਛੱਡ ਕੇ ਸਾਰੇ ਜਣੇ ਉੱਥੇ ਸੇਫ ਬੈਠੇ ਹੋਏ। ਬੇਟੇ ਦੀ ਹਾਈ ਕਮਿਸ਼ਨ ਦੇ, ਇੰਡੀਅਨ ਹਾਈ ਕਮਿਸ਼ਨ ਦੇ ਨਾਲ ਕੋਈ ਗੱਲਬਾਤ ਜਾਂ ਕੋਈ ਕੰਟੈਕਟ ਹੋ ਪਾਇਆ? ਕੋਈ ਨਹੀਂ ਹੋਇਆ, ਕੋਈ ਕੰਟੈਕਟ ਨਹੀਂ ਹੋਇਆ। ਕੋਈ ਅੰਬੈਸੀ ਵੱਲੋਂ ਤੁਹਾਡੇ ਬੇਟੇ ਨੂੰ ਕੋਈ ਕੰਟੈਕਟ ਕੀਤਾ ਹੋਵੇ ਕਿ ਤੁਹਾਨੂੰ? ਹਾਂ, ਉਹਨਾਂ ਨੇ ਆਪਣਾ ਡਿਟੇਲਸ ਸੈਂਡ ਕੀਤੀ ਆ ਜੀ। ਹਾਂਜੀ। ਤੇ ਫਿਲਹਾਲ ਲਾਸਟ ਟਾਈਮ ਕਦੋਂ ਗੱਲ ਹੋਈ ਤੁਹਾਡੀ ਬੇਟੇ ਦੀ ਤੁਹਾਡੇ ਨਾਲ? ਲਾਸਟ ਟਾਈਮ 2 ਘੰਟੇ ਪਹਿਲੇ ਹੋਈ ਆ ਜੀ। ਕੀ ਦੱਸਿਆ ਉਹਨਾਂ ਨੇ, ਕੀ ਹਾਲਾਤ ਨੇ ਉੱਥੋਂ ਦੇ? ਉਹਨਾਂ ਨੇ ਦੱਸਿਆ ਕਿ ਹਾਲਾਤ ਤਾਂ ਬੁਰੇ ਹੀ ਆ ਉੱਥੋਂ ਦੇ। ਹਿੰਦੁਸਤਾਨ ਗੌਰਮੈਂਟ ਨੂੰ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ? ਮੈਂ ਸਰਕਾਰ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਸਾਡੇ ਬੱਚਿਆਂ ਨੂੰ ਸੇਫ ਲੈ ਕੇ ਇੰਡੀਆ ਲੈ ਕੇ ਆਉਣ ਔਰ ਸਾਡੇ ਕੋਲ ਪਹੁੰਚਾਉਣ। ਹਾਂਜੀ ਮੈਮ, ਆਪਣਾ ਯੂਕਰੇਨ ਦੇ ਵਿੱਚ ਕੌਣ ਰਹਿੰਦਾ? ਮੇਰੀ ਬੇਟੀ MBBS ਕਰ ਰਹੀ ਹੈ ਸੈਕਿੰਡ ਈਅਰ। ਅੱਛਾ ਜੀ, ਕਿੰਨੀ ਦੇਰ ਹੋ ਗਈ ਬੇਟੀ ਨੂੰ ਉੱਥੇ? ਪਿਛਲੇ ਸਾਲ ਆਈ ਸੀ, 2 ਮੰਥਸ ਕੀ ਛੁੱਟੀਆਂ ਜੀ, ਜੂਨ ਜੁਲਾਈ ਮੈਂ, ਫਿਰ ਅਗਸਤ ਮੈਂ ਗਈ ਥੀ। ਤੋ ਅਬ ਆਪਕੇ ਬੇਟੀ ਕੇ ਸਾਥ ਆਪਕੀ ਲਾਸਟ ਟਾਈਮ ਕਬ ਬਾਤ ਹੋਈ ਥੀ? ਯੇ ਬਾਤ ਤੋ ਹੋਤੀ ਰਹਤੀ ਹੈ 15-20 ਮਿੰਟ। ਔਰ ਕਿਸ ਤਰ੍ਹਾਂ ਕੇ ਹਾਲਾਤ ਬਤਾਏ ਜਾ ਰਹੇ ਹੈ? ਹਾਲਾਤ ਯਹੀ ਹੈ ਕਿ ਕੱਲ ਕਾ ਐਕਚੁਅਲੀ ਵੈਸੇ ਤੋ ਪਰਸੋਂ ਤੋ ਆਫਲਾਈਨ ਚੱਲ ਰਹੀ ਥੀ ਕਲਾਸਿਸ, ਕੋਈ ਕੰਡੀਸ਼ਨ ਹੀ ਨਹੀਂ ਥੀ, ਐਸੀ ਸਰਕਮਸਟਾਂਸਿਸ ਨਹੀਂ ਥੀ ਕਿ ਕੁਛ ਐਸੇ। ਹਮ ਇਸਕੋ ਰੋਜ਼ ਕਹਤੇ ਥੇ ਕਿ ਹਮ ਟੀਵੀ ਮੇਂ ਦੇਖ ਰਹੇ ਹੈ ਲੜਾਈ ਹੋ ਜਾਣੀ ਹੈ, ਤੋ ਵਾਪਿਸ ਆ ਚਲੇ। ਮੰਮਾ ਯਸ 300 ਬੱਚਾ ਪਰਸੋਂ ਆਇਆ ਹੈ, ਪਤਾ ਨਹੀਂ ਥੋੜ੍ਹੇ ਦਿਨ ਹੋਏ, ਰਿਫਰੈਸ਼ਰਸ ਆਏ ਹੈ, ਤੋ ਕੋਈ ਬਾਤ ਹੀ ਨਹੀਂ, ਦੇਖੋ ਹਮ ਪੜ੍ਹ ਰਹੇ ਹੈ ਔਰ ਟੀਚਰਸ ਹਮੇਂ ਕਹਤੇ ਹੈ ਫੋਕਸ ਕਰੋ ਪੜ੍ਹਾਈ ਪੇ। ਤੋ ਕੱਲ ਇਸ ਤੇ ਬਤਾਇਆ ਕਿ 5:30 ਹਮੇਂ ਉਠਾ ਦੀਆ ਹੈ ਇਨਕੇ, ਔਰ 13 ਕਿਲੋਮੀਟਰ ਉੜੀਸਾ ਹੈ ਕੋਈ, ਵਹਾਂ ਪੇ ਬਲਾਸਟ ਹੋਇਆ ਔਰ ਸਾਰੇ ਇਨਕੇ ਖਿੜਕੀਓਂ ਸੇ ਸਪਾਰਕਲਸ ਵਗੈਰਾ ਧੂਆਂ ਦਿਖ ਰਹਾ ਥਾ, ਬੱਚਾ ਪੈਨਿਕ ਹੋ ਗਿਆ। ਫਿਰ ਉਹਨਾਂ ਨੇ ਹੋਸਟਲ ਵਾਲਾ ਨੇ ਇਨਕੋ ਖਾਣਾ ਖੁਣਾ ਦੇ ਕੇ, ਤੋ ਥੋੜ੍ਹੀ ਦੇਰ ਬਾਅਦ ਫਿਰ ਇਨਕੇ ਹੋਸਟਲ ਕੇ ਬਾਅਦ ਕੁਛ ਬਲਾਸਟ ਵਗੈਰਾ ਹੋਇਆ, ਤੋ ਫਿਰ ਉਹਨਾਂ ਨੇ ਬੱਚੋਂ ਕੋ ਸੇਫ ਕਰ ਦਿੱਤੀ, ਪੰਕਸ ਮੈਂ ਨੀਚੇ ਨਾ। ਦਿਸ ਟਾਈਮ ਕਿਆ ਕੰਡੀਸ਼ਨ ਹੈ ਵਹਾਂ ਪੇ ਆਪਕੀ ਬੇਟੀ, ਕਿਸ ਕੰਡੀਸ਼ਨ ਮੈਂ ਅਭੀ ਰਹਿ ਰਹੀ? ਕੰਡੀਸ਼ਨ ਇਹ ਹੈ ਕਿ ਬੱਚੋਂ ਨੇ ਜੋ ਬੱਚੋਂ ਕੇ ਪਾਸ ਪੈਸੇ ਥੇ, ਐਕਚੁਅਲੀ ਵਹਾਂ ਡਾਲਰ ਨਹੀਂ ਚਲਤੇ, ਗ੍ਰੇਵੀਅਨ ਚਲਤੇ ਹੈ, ਤੋ ਜਿਤਨੇ ਉਸਕੇ ਪਾਸ ਗ੍ਰੇਵੀਅਨ ਥੇ, ਤੋ ਉਸਕਾ ਉਸਨੇ ਵੀ ਥੋੜ੍ਹਾ ਖਾਣੇ ਪੀਣੇ ਕਾ ਸਮਾਨ ਲਿਆ, ਚਿਪਸ ਬਿਸਕਿਟ, ਬਾਕੀ ਜੋ ਡਾਲਰ ਥੇ ਉਸ ਟਾਈਮ ATM ਵੀ ਚੱਲਣੇ ਬੰਦ ਹੋ ਗਏ ਥੇ, ਔਰ ਉਹ ਡਾਲਰ ਕਨਵਰਟ ਨਹੀਂ ਹੋ ਪਾਏ, ਉਹ ਉਸਕੇ ਪਾਸ ਐਜ਼ ਇਟ ਇਜ਼ ਹੀ ਹੈ, ਤੋ ਫਿਰ ਖਾਣੇ ਪੀਣੇ ਕੀ ਕਿੱਲਤ ਆ ਜਾਤੀ ਹੈ ਬੱਚੋਂ ਕੋ, ਚਿਪਸ ਬਿਸਕਿਟ ਕੇ ਸਾਥ ਕਿਤਨੀ ਦੇਰ ਗੁਜ਼ਾਰਾ, ਔਰ ਰਾਤ ਕੋ ਕੁਛ ਬੱਚੋਂ ਕੋ ਮੈਸ ਲੈ ਕੇ ਜਾਇਆ ਗਿਆ, ਔਰ ਇਤਨੀ ਦੇਰ ਫਿਰ ਦੁਬਾਰਾ ਬਾਹਰ ਬਲਾਸਟ ਹੋ ਗਿਆ, ਤੋ ਉਹ ਬੱਚੋਂ ਕੋ ਫਿਰ ਮੈਸ ਮੇਂ ਰਹਿਣੇ ਦਿਆ, ਔਰ ਜੋ ਬੱਚੇ ਭੁੱਖੇ ਥੇ ਵੋ ਨੀਚੇ ਰਹਿ ਗਏ। ਵੈਸੇ ਤੋ ਵੋ ਟੀਚਰਸ ਆਪਣੀ ਤਰਫ ਸੇ ਬੈਸਟ ਕਰ ਰਹੇ ਹੈ, ਬਟ ਇਹ ਭਗਵਾਨ ਕੀ ਤਰਫ ਸੇ, ਫਿਰ ਉਹ ਬੱਚੇ ਭੁੱਖੇ, ਜੈਸੇ ਉਨਕੇ ਪਾਸ ਚਿਪਸ ਬਿਸਕਿਟ ਥੇ, ਉਸਕੇ ਸਾਥ ਉਹਨਾਂ ਨੇ ਰਾਤ ਕੋ ਅਭੀ ਲਾਸਟ ਟਾਈਮ ਕਬ ਬਾਤ ਹੋਈ ਹੈ ਆਪਕੀ? ਥੋੜ੍ਹੀ ਦੇਰ ਪਹਿਲੇ ਹੀ ਹੋਈ ਹੈ, ਉਹਨਾਂ ਨੇ ਮੀਡੀਆ ਵਾਲੋਂ ਕੋ ਦਿਖਾਇਆ ਹੈ ਬੇਟੀ ਨੇ ਬੰਗਲਸ਼ ਮੈਂ ਕੈਸੇ ਹਮ ਰਾਤ ਕੋ ਚੱਦਰ ਲੈ ਕੇ ਠੰਡ ਮੈਂ ਕੈਸੇ ਸੋ ਰਹੀ ਜੀ ਜੀ। ਔਰ ਅਬ ਆਪ ਕਿਆ ਇੰਡੀਅਨ ਹਾਈ ਕਮਿਸ਼ਨ ਸੇ ਅਪੀਲ ਕਰਨਾ ਚਾਹਤੇ ਹੋ? ਯਹੀ ਹਮਾਰੀ ਯਹੀ ਅਪੀਲ ਹੈ ਕਿ ਮੇਰੀ ਬੇਟੀ ਕੇ ਸਮੇਤ ਜਿਤਨੇ ਵੀ ਬੱਚੇ ਗਏ ਹੈ, ਸਾਰੇ ਕੋ ਮਾਓਂ ਕੇ ਪਾਸ ਸੇਫ ਹੀ ਵਾਪਸ। ਕਿਆ ਆਪਕੀ ਬੇਟੀ ਕੇ ਦੁਆਰਾ ਵਹਾਂ ਪੇ ਯੂਕਰੇਨ ਮੇਂ ਇੰਡੀਅਨ ਹਾਈ ਕਮਿਸ਼ਨ ਸੇ ਕੰਟੈਕਟ ਕੀਆ ਗਿਆ, ਜਾਂ ਇੰਡੀਅਨ ਹਾਈ ਕਮਿਸ਼ਨ ਨੇ ਆਪਕੇ ਬੱਚੋਂ ਸੇ ਕੁਛ ਕੰਟੈਕਟ ਕਰਕੇ ਕੋਈ ਬਾਤ ਕਰੀ? ਬੇਟੀ ਬਤਾ ਰਹੀ ਹੈ ਔਨਲਾਈਨ ਐਮਬੈਸੀ। ਕਿਤਨੇ ਸਟੂਡੈਂਟ ਹੈ ਫਿਲਹਾਲ ਆਪਕੀ ਬੇਟੀ ਕੇ ਸਾਥ? ਕਿਤਨੇ ਬੱਚੇ ਔਰ ਹੈ ਔਰ ਕਿਤਨੇ ਸਟੂਡੈਂਟਸ ਹੈ ਅਭੀ ਬਤਾ ਰਹੇ ਹੈ ਕਿ ਵੋ ਜੋ ਨੀਚੇ ਬੰਕਰਸ ਮੇਂ ਨੀਅਰ ਅਬਾਊਟ 1000 ਬੱਚਾ ਹੈ। ਜੀ ਓਕੇ।